ਹਰੇਕ ਰਿਸ਼ਤੇ 'ਚ ਇੱਕ ਸਮਾਂ ਅਜਿਹਾ ਹੁੰਦਾ ਹੈ ਜਦ ਦੋਵਾਂ ਨੂੰ ਲੱਗਦਾ ਅਸੀਂ ਇੱਕ ਦੂਜੇ ਨੂੰ ਕਿੰਨੀ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਬਿਨਾਂ ਕੁਝ ਕਹੇ ਕਿਵੇਂ ਅੱਖਾਂ ਦੇ ਇਸ਼ਾਰਿਆਂ ਜਾਂ ਬੋਲਾਂ ਦੀ ਥੜਕ ਤੋਂ ਪਤਾ ਲੱਗ ਜਾਂਦਾ ਕਿ ਦਿਲ 'ਚ ਕੀ ਹੈ ਨਾਲੇ ਇੱਕ ਦੂਜੇ 'ਤੇ ਹੈਰਾਨ ਹੋਈ ਜਾਣਾ ਕਿ ਹਾਏ ਤੈਨੂੰ ਕਿਵੇਂ ਪਤਾ ਲੱਗ ਗਿਆ ਫਿਰ ਆਪ ਮੁਹਾਰੇ ਹੀ ਖਿਆਲ ਆਉਣਾ ਕਿ ਜਿੰਦੇ ਮੇਰੀਏ ਇਹ ਚਿਰਾਂ ਦੀ ਸਾਂਝ ਇਕੱਲੇ ਸਾਲ ਗਿਣਨ ਲਈ ਥੋੜ੍ਹਾ ਏ ਇੰਝ ਮਹਿਸੂਸ ਹੁੰਦਾ ਕਿ ਇਸ ਤੋਂ ਸੋਹਣਾ ਭਲਾ ਹੋਰ ਕੀ ਹੋਊ ਜੱਗ 'ਤੇ ਜਿਵੇਂ ਇੱਕ ਦੂਜੇ ਲਈ ਹੀ ਬਣੇ ਹੋਈਏ ਨਾਲੇ ਕਿੰਨੇ ਕੁ ਮਿਲਦੇ ਸਾਨੂੰ ਜਿਨ੍ਹਾਂ ਨਾਲ ਐਸੀ ਸਾਂਝ ਪੈ ਜਾਂਦੀ ਪਰ ਫਿਰ ਇੱਕ ਵੇਲਾ ਅਜਿਹਾ ਵੀ ਆਉਂਦਾ ਜਦੋਂ ਹਾਲਾਤ ਬਿਲਕੁਲ ਹੀ ਉਲਟ ਹੋ ਜਾਂਦੇ ਜਿਵੇਂ ਨੀਂਦ 'ਚੋਂ ਉੱਠਣ ਵੇਲੇ ਕਿਸੇ ਸੁਫਨੇ ਦੇ ਯਕਦਮ ਟੁੱਟਣ ਵਾਂਗ ਜਜ਼ਬਾਤ ਦੇ ਵਹਾਅ 'ਚ ਪਤਾ ਨਹੀਂ ਕੀ ਹੁੰਦਾ ਐਸਾ ਕਿ ਫਿਰ ਬਿਨਾਂ ਕਹੇ ਬਿਨਾਂ ਬੋਲੇ ਤਾਂ ਦੂਰ ਸਮਝਾਉਣ 'ਤੇ ਵੀ ਇੱਕ ਦੂਜੇ ਨੂੰ ਸਮਝ ਨਹੀਂ ਪਾਉਂਦੇ ਰਿਸ਼ਤਿਆਂ ਦੇ ਗੂੜੇ ਰੰਗ ਕੁਝ ਪਲਾਂ 'ਚ ਹੀ ਫਿਕੜੇ ਪੈ ਜਾਂਦੇ ਜਿਵੇਂ ਕਦੇ ਬਹਾਰ ਦੇਖੀ ਨਾ ਹੋਵੇ ਮਨੁੱਖੀ ਸੁਭਾਅ ਅਤੇ ਕੁਦਰਤੀ ਵਰਤਾਵਾ ਕਿਹੜਾ ਹਰ ਪਾਲੀ ਬਹਾਰ ਰਹਿੰਦੀ ਫੁੱਲ ਕਿਹੜਾ ਹਮੇਸ਼ਾ ਹੀ ਖਿੜੇ ਰਹਿੰਦੇ ਨਾਲੇ ਸੂਰਜ ਕਿਹੜਾ ਛਿਪਦਾ ਨਹੀਂ ਬਸ ਚਲੋ ਚਾਲ ਹੋ ਜਾਂਦਾ ਸਭ ਜਦੋਂ ਸੱਜਣ ਦਿਲ ਤੋਂ ਲਹਿ ਜਾਂਦਾ ਦੁੱਖ ਭਾਰੀ ਜਿੰਨ 'ਤੇ ਪੈ ਜਾਂਦਾ ਫਿਰ ਕੋਈ ਗੀਤਾਂ ਰਾਹੀਂ ਕਹਿ ਜਾਂਦਾ ਕੋਈ ਦਿਲ ਵਿੱਚ ਡੱਕ ਕੇ ਬਹਿ ਜਾਂਦਾ ਪਰ ਜੇ ਐਸਾ ਕੋਈ ਸੱਜਣ ਬੇਲੀ ਹੈ ਜਿੱਤੇ ਅੱਜ ਤੁਹਾਡਾ ਦਿਲ ਖੜਾ ਤਾਂ ਸਾਂਭ ਲਓ ਨਹੀਂ ਫਿਰ ਦਿਲ 'ਚ ਇੱਕ ਖਿਆਲ ਤਾਂ ਉਮਰ ਰਹੂ ਕਿ ਉਹਦੀ ਤਾਂ ਯਾਰ ਗੱਲ ਹੀ ਹੋਰ ਸੀ ਜਿੰਨੀ ਤੁਸੀਂ ਕਿਸੇ ਨੂੰ ਮੁਹੱਬਤ ਕੀਤੀ ਅਤੇ ਬਦਲੇ 'ਚ ਨਾ ਮਿਲੀ ਪਰ ਜੇ ਕੋਈ ਮਿਲੇ ਜੋ ਵੈਸੀ ਹੀ ਸ਼ਿੱਦਤ ਨਾਲ ਅਤੇ ਓਨੀ ਹੀ ਮੁਹੱਬਤ ਤੁਹਾਨੂੰ ਕਰੇ ਤਾਂ ਸਮਝ ਲਿਓ ਕਿ ਖੁਦਾ ਦੇ ਦਰ ਤੁਹਾਡੀ ਸੱਚੀ ਸੁੱਚੀ ਮੁਹੱਬਤ ਪ੍ਰਵਾਨ ਚੜੀਏ ਅਤੇ ਉਹਨੇ ਤੁਹਾਡੇ ਲਈ ਨਜ਼ਰਾਨਾ ਭੇਜਿਆ ਏ ਮੋਹ ਮੁਹੱਬਤ ਹਾਸੇ ਖੇੜੇ ਸਾਂਭੀ ਰੱਖੋ ਦਿਲ ਦੇ ਵਿਹੜੇ ਇਹ ਲਿਖਤ ਸੀ ਮਨਦੀਪ ਚੀਨੀਵਾਲ ਦੀ ਧੰਨਵਾਦ ਸੁਣਨ ਲਈ